ਨਹੀਂ ਤੇ ਇਹ ਜਿਹੜੀਆਂ ਕਹਾਵਤਾਂ ਨੇ ਮਤਲਬ ਕਿਹਨੇ ਬਣਾਈਆਂ ਨੇ ਤੇ ਕਿਉਂ ਬਣਾਈਆਂ ਨੇ? ਕਹਾਵਤਾਂ ਕਿਹਨੇ ਬਣਾਈਆਂ ਨੇ ਤੇ ਕਿਉਂ ਬਣਾਈਆਂ ਨੇ? ਦੇਖ, ਕਿਹਨੇ ਬਣਾਈਆਂ ਨੇ ਇਹ ਮੈਨੂੰ ਨਹੀਂ ਪਤਾ। ਅੱਛਾ, ਪਰ ਕਿਉਂ ਬਣਾਈਆਂ ਨੇ ਇਹ ਮੈਨੂੰ ਜ਼ਰੂਰ ਪਤਾ। ਅੱਛਾ, ਤੁਹਾਨੂੰ ਇਹ ਪਤਾ ਹੈ? ਦੱਸ ਫਿਰ ਕਿਉਂ ਬਣਾਈਆਂ ਨੇ ਕਹਾਵਤਾਂ? ਦੇਖ, ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਹੈ ਨਾ। ਸੋ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਆ ਉਹਨੂੰ ਕਹਿੰਦੇ ਹੁੰਦੇ ਨਾ ਕਿ ਛੋਟਾ ਕਰਕੇ ਦੱਸਣਾ, ਮਤਲਬ ਸਾਰਾ ਬਹੁਤ ਸੌਖੇ ਤਰੀਕੇ ਛੋਟੇ ਸ਼ਬਦਾਂ ਦੇ ਵਿੱਚ ਸਮਝਾਉਣਾ। ਅੱਛਾ, ਉਹਨੂੰ ਕਹਾਵਤਾਂ, ਲੰਬੀ ਗੱਲ ਨੂੰ ਛੋਟੇ ਸ਼ਬਦਾਂ ਦੇ ਵਿੱਚ ਸਮਝਾਉਣਾ। ਮੈਨੂੰ ਪ੍ਰੋਪਰ ਸਮਝ ਨਹੀਂ ਆ ਰਿਹਾ, ਤੇਰੇ ਕੋਲ ਕੋਈ ਉਦਾਹਰਣ ਹੈ ਤਾਂ ਸਮਝਾ। ਤੂੰ ਇਹ ਸੁਣਿਆ ਹੋਣਾ ਆ, ਜਿਸ ਦੀ ਲਾਠੀ ਉਸ ਦੀ ਭੈਂਸ। ਹਾਂ, ਹਿੰਦੀ ਚ ਵੀ ਹੈਗੀ, ਪੰਜਾਬੀ ਚ ਵੀ ਹੈ, ਜਿਸ ਦੀ ਲਾਠੀ ਉਸ ਦੀ ਭੈਂਸ। ਹਾਂ, ਜਿੰਦੀ ਹੈ ਨਾ ਲਾਠੀ ਦੀ ਉਹਦੀ ਭੈਂਸ। ਸੁਣੀਏ ਇਹ ਗੱਲ, ਬਿਲਕੁਲ ਸੁਣਿਆ ਵਾ। ਤੇ ਇਹਦਾ ਮਤਲਬ ਇਹੀ ਹੁੰਦਾ ਨਾ, ਅਸੀਂ ਕਹਿੰਦੇ ਹੁੰਦੇ ਆ ਨਾ ਕਿ ਦੁਨੀਆਂ ਦੇ ਵਿੱਚ ਜਿਸਦੇ ਕੋਲ ਸਭ ਤੋਂ ਜਿਹਦੇ ਕੋਲ ਸਭ ਤੋਂ ਜ਼ਿਆਦਾ ਤਾਕਤ ਹੈਗੀ ਹੈ, ਹੈ ਨਾ, ਉਹਦੀ ਹੀ ਸੁਣੀ ਜਾਂਦੀ ਹੈ। ਤੇ ਤਾਂ ਹੀ ਤਾਂ ਕਰਕੇ ਕਹਾਵਤ ਬਣੀ ਹੈ ਕਿ ਜਿਸ ਦੀ ਲਾਠੀ ਉਸ ਦੀ ਭੈਂਸ। ਅੱਛਾ, ਮਤਲਬ ਤਾਂ ਤੂੰ ਕਹਿੰਦੀ ਹੈ ਵੀ ਇਹ ਸੱਚ ਹੁੰਦਾ ਹੈ, ਕਹਾਵਤ ਸੱਚ ਹੈ, ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਕਹਾਵਤਾਂ ਸੱਚੀਆਂ ਹੁੰਦੀਆਂ ਨੇ। ਹੱਦ ਹੈ ਤੇਰੇ ਵਾਲੀ, ਤੂੰ ਕਹੀ ਇੰਨੇ ਕਹਾਵਤਾਂ ਸੱਚ ਨਹੀਂ ਹੁੰਦੀਆਂ। ਪਤਾ ਕਿੰਨੀਆਂ ਪੁਰਾਣੀਆਂ ਕਹਾਵਤਾਂ ਚੱਲੀਆਂ ਆ ਰਹੀਆਂ ਕਿ ਕਦੋਂ ਤੋਂ ਸਾਡੇ ਬਜ਼ੁਰਗ ਅਸੀਂ ਬਜ਼ੁਰਗਾਂ ਤੋਂ ਕਹਾਵਤਾਂ ਸੁਣਦੇ ਆ ਰਹੇ ਹਾਂ, ਤੇ ਗੱਲਾਂ ਹੁੰਦੀਆਂ ਸੱਚ ਹੁੰਦੀਆਂ ਕਹਾਵਤਾਂ। ਉਹ ਯਾਰ, ਤੂੰ ਜਿੰਨੇ ਮਰਜ਼ੀ ਕਹੀ ਆ ਪਰ ਝੂਠ ਹੁੰਦਾ। ਦੇਖ, ਹੁਣ ਤੂੰ ਇੱਕ ਕਹਾਵਤ ਸੁਣੀ ਹੋਏਗੀ। ਕਿਹੜੀ? ਜੋ ਭੌਂਕਦੇ ਨੇ ਉਹ ਵੜਦੇ ਨਹੀਂ। ਹਾਂ, ਤੇ ਸੱਚੀ ਆ। ਕਾਹਦੀ ਸੱਚੀ ਆ? ਤੈਨੂੰ ਪਤਾ ਸਾਡੇ ਇੱਕ ਮਹੱਲੇ ਦੇ ਵਿੱਚ ਕੁੱਤਾ ਹੈ, ਉਹ ਮੈਨੂੰ ਦੇਖ ਕੇ ਨਾ ਰੋਜ਼ ਭੌਂਕਦਾ ਹੁੰਦਾ ਸੀਗਾ। ਫੇਰ? ਬਹੁਤ ਪੁਰਾਣੀ ਗੱਲ ਹੈ, ਰੋਜ਼ ਭੌਂਕਦਾ ਹੁੰਦਾ ਸੀਗਾ। ਅੱਛਾ, ਆਹ ਵਾਲੀ ਕਹਾਵਤ ਸੁਣ ਕੇ, ਜੋ ਭੌਂਕਦੇ ਹੈ ਉਹ ਕਾਟਦੇ ਨਹੀਂ, ਜਿਹੜੇ ਭੌਂਕਦੇ ਉਹ ਵੜਦੇ ਨਹੀਂ, ਆਹ ਕਹਾਵਤ ਸੁਣ ਕੇ ਮੈਂ ਉਹਦੇ ਕੋਲ ਚਲੇ ਗਿਆ। ਫੇਰ? ਫਿਰ ਕਿਸੇ ਵਾਲੇ ਨੇ ਵੱਢ ਲਿਆ, ਚੌਂ ਟੀਕੇ ਲੱਗੇ ਸੀ ਸੂਟ ਮੇਰੇ ਢਿੱਡ ਦੇ ਵਿੱਚ। ਤਾਈ, ਤੂੰ ਕਹਾਵਤਾਂ ਤੇ ਯਕੀਨ ਨਹੀਂ ਕਰਦਾ? ਹੋਰ ਗਿਆ, ਚੌਦਾਂ ਟੀਕੇ ਲੱਗੇ ਤੇਰੇ ਸੁੱਕੇ। ਸੱਚੀ ਚੌਦਾਂ ਟੀਕੇ ਲੱਗੇ ਸੀਗੇ ਤੈਨੂੰ? ਤੈਨੂੰ ਹਾਸੀ ਆਉਂਦੀ ਵੀ ਮੇਰੇ? ਦੇਖ, ਕਹਾਵਤ ਬਿਲਕੁਲ ਸਹੀ ਆ। ਉਹ ਤਾਂ ਕਹਾਵਤ ਸਹੀ ਨਹੀਂ, ਹੱਥ ਮੇਰੇ ਚੌਦਾਂ ਟੀਕੇ ਲੱਗ ਗਏ, ਤੂੰ ਕਹਿੰਦੀ ਕਹਾਵਤ ਸਹੀ ਹੈ। ਮਤਲਬ ਕਹਾਵਤ ਸੀਗੀ, ਜਿਹੜੇ ਭੌਂਕਦੇ ਨੇ ਉਹ ਵੜਦੇ ਨਹੀਂ ਹੈਗੇ, ਮੈਨੂੰ ਵੜ ਲਿਆ, ਅਜੇ ਵੀ ਕਹਾਵਤ ਸਹੀ, ਝੂਠੀ ਹੈ। ਤੂੰ ਅੱਗੋਂ ਇੱਕ ਇਹ ਕਹਾਵਤ ਸੁਣੀ ਨਹੀਂ ਨਾ? ਹੋਰ ਕਿਹੜੀ ਕਹਾਵਤ? ਜੇ ਰਾਤ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ। ਜੇ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ, ਤੇ ਭੈਣੇ ਮੇਰੀ ਇਹ ਫਿਰ ਇਹੋ ਜਿਹੀਆਂ ਕਹਾਵਤਾਂ ਨਾ ਇਹੋ ਜਿਹੀਆਂ ਘਟਨਾਵਾਂ ਤੋਂ ਪਹਿਲਾਂ ਸੁਣਾਇਆ ਕਰੋ। ਇੱਥੇ ਬੰਦੇ ਦੇ ਤਰਾਹ ਨਿਕਲ ਜਾਵੇ, ਬੰਦੇ ਦੀ ਜਾਨ ਨਿਕਲ ਜਾਵੇ, ਸਾਡੀ ਜਾਨ ਤੇ ਬਣੀ, ਤੇਰਾ ਹਾਸਾ ਹੋ ਗਿਆ। ਤੂੰ ਨਾ ਹੱਸਦਾ ਰਿਹਾ ਕਰ, ਕਿਸੇ ਵੀ ਗੱਲ ਨੂੰ ਨਾ ਸੀਰੀਅਸ ਨਾ ਲਿਆ ਕਰ, ਮਜ਼ਾਕ। ਤੂੰ ਸੁਣੀ ਨਹੀਂ ਕਹਾਵਤ? ਹੋਰ ਕਿਹੜੀ ਕਹਾਵਤ? ਹੱਸਦਿਆਂ ਦੇ ਘਰ ਵੱਸਦੇ। ਆ ਤੂੰ ਫੇਰ ਪੁੱਠੀਆਂ ਕਹਾਵਤਾਂ, ਫਿਰ ਝੂਠੀ ਕਹਾਵਤ ਹੈ। ਕੀ ਝੂਠੀ ਹੈ? ਧਿਆਨ ਨਾਲ ਸੁਣ ਕੇ, ਕਿਆ ਕਿਹੜੀ ਕਹਾਵਤ ਬੋਲੀ? ਹੱਸਦਿਆਂ ਦੇ ਘਰ ਵੱਸਦੇ। ਹੱਸਦਿਆਂ ਦੇ ਘਰ ਵੱਸਦੇ, ਹੁਣ ਇਹ ਗੱਲ ਸਮਝਾ, ਜਿਹਦਾ ਘਰ ਇਹ ਵੱਸ ਗਿਆ ਵਿਚਾਰਾ ਹੱਸਣ ਜੋਗਾ ਕਿੱਥੇ ਰਹੂਗਾ? ਹੈ ਨਾ ਗਲਤ? ਲਓ ਵੀ ਤੁਹਾਡਾ ਹਾਸਾ ਨਹੀਂ ਅਸੀਂ ਰੁਕਣ ਦਿੰਦੇ ਹੈਗੇ, ਇਹ ਜਿਹੇ ਕਹਾਵਤਾਂ ਅਸੀਂ ਉਡਪਟੀਆਂ ਤੁਹਾਨੂੰ ਐਸੀ ਅਸੀਂ ਸੁਣਾਵਾਂਗੇ ਜਿਹੜੀ ਤੁਸੀਂ ਕਦੇ ਸੁਣੀਆਂ ਵੀ ਨਹੀਂ ਹੋਣੀਆਂ। ਵੈਸੇ ਸੁੱਖੀ, ਆਪਾਂ ਕਹਾਵਤਾਂ ਦੀ ਗੱਲ ਕਰਦੇ ਹਾਂ ਨਾ, ਆਪਾਂ ਬਹੁਤ ਸਾਰੀਆਂ ਕਹਾਵਤਾਂ ਸੁਣੀਆਂ ਵੀ ਹੈ, ਸਾਡੀ ਦਾਦੀ ਨਾਨੀ ਨੇ ਸਾਨੂੰ ਬਹੁਤ ਸਾਰੀ ਕਹਾਵਤਾਂ ਸੁਣਾਈਆਂ, ਹੈ ਨਾ, ਅਸੀਂ ਅਕਸਰ ਸੁਣਦੇ ਰਹਿੰਦੇ ਹਾਂ ਜਦੋਂ ਕਿਤੇ ਆਉਂਦੇ ਜਾਂਦੇ ਤਾਂ ਬਹੁਤ ਸਾਰੇ ਲੋਕ। ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਇਹਨਾਂ ਕਹਾਵਤਾਂ ਦਾ ਕੋਈ ਅਸਰ ਹੁੰਦਾ ਆ। ਤੂੰ ਕੀ ਗੱਲਾਂ ਕਰੀ ਜਾਂਦੀ ਹੈ? ਅਸਰ ਹੈਗਾ ਏ ਮੀਤ, ਲੇਕਿਨ ਪੁੱਠਾ ਅਸਰ ਹੋ ਗਿਆ ਹੁਣ, ਮਤਲਬ ਉਹਦਾ ਮਤਲਬ ਪੁੱਠਾ ਹੋ ਗਿਆ। ਪੁੱਠਾ ਅਸਰ ਹੋ ਗਿਆ? ਦੇਖ, ਤੂੰ ਨਾ ਮੈਨੂੰ ਕੋਈ ਕਹਾਵਤ ਬੋਲ, ਮੈਂ ਤੈਨੂੰ ਉਹਦਾ ਅੱਜ ਦੇ ਯੁੱਗ ਦੇ ਮੁਤਾਬਿਕ ਪੁੱਠਾ ਮਤਲਬ ਕੱਢ ਕੇ ਦਿਖਾਉਂਦਾ। ਅੱਛਾ, ਮੈਂ ਤੈਨੂੰ ਕੋਈ ਕਹਾਵਤ ਦੱਸਾਂ ਤੇ ਤੂੰ ਉਹਦਾ ਪੁੱਠਾ ਮਤਲਬ? ਪੁੱਠਾ ਮਤਲਬ ਜੋ ਅੱਜ ਦੇ ਮੁਤਾਬਿਕ ਹੈਗਾ, ਅੱਜ ਦੇ ਯੁੱਗ ਦੇ ਮੁਤਾਬਿਕ। ਚੱਲ ਤੂੰ ਮੈਨੂੰ ਦੱਸ, ਕਹਾਵਤ ਹੈਗੀ ਹੈ ਜਬ ਜਾਗੋ ਤਬ ਸਵੇਰਾ। ਠੀਕ ਹੈ, ਜਬ ਜਾਗੋ ਤਬ ਸਵੇਰਾ, ਤਬੇ ਸਵੇਰਾ, ਇਹ ਕਹਾਵਤ ਸਭ ਨੇ ਸੁਣੀ ਹੋਈ। ਲੇਕਿਨ ਅੱਜ ਦੇ ਯੁੱਗ ਦੀ ਅਗਰ ਗੱਲ ਕਰੀਏ, ਜਬ ਜਾਗੋ ਤਬੇ ਬੰਦਾ ਆਨਲਾਈਨ ਹੈ, ਬੰਦਾ ਸੁੱਤਾ ਫੋਨ ਰੱਖ ਕੇ ਸੌਂਦਾ,
ਸਿਰੇ ਉੱਠਦੇ ਉਹ ਆਨਲਾਈਨ ਜਿਹੜਾ ਚੈੱਕ ਕਰਦਾ ਹੈਗਾ। ਤੇ ਇੱਕ ਗੱਲ ਇਹ ਵੀ ਹੈ ਕਿ ਆਪਾਂ ਕਹਿੰਦੇ ਜਬ ਜਾਗੋ ਤਬ ਸਵੇਰੇ, ਤੇ ਕਈ ਲੋਕਾਂ ਨੇ ਤੇ ਇਸੇ ਦੁਪਹਿਰ ਨੂੰ 2 ਵਜੇ 4 ਵਜੇ ਸ਼ਾਮ ਨੂੰ ਉੱਠਣਗੇ ਤਾਂ ਵੀ ਸਵੇਰੇ ਕਹਿ ਦੇਣਗੇ ਕਿ ਗੁੱਡ ਮਾਰਨਿੰਗ, ਜਦ ਜਾਗਦੇ ਉਦੋਂ ਹੀ ਉਹਨਾਂ ਦਾ ਸਵੇਰਾ। ਜਬ ਜਾਗੋ ਤਬੇ ਸਵੇਰਾ ਨਹੀਂ ਹੈਗਾ, ਜਬ ਜਾਗੇ ਤਬੇ। ਹਾਂ ਚੱਲ ਇੱਕ ਹੋਰ ਕਹਾਵਤ ਤੈਨੂੰ ਮੈਂ ਦੱਸਦੀ ਹਾਂ, ਉਹਦਾ ਤੂੰ ਮੈਨੂੰ ਮਤਲਬ ਦੱਸੀ। ਜੋ ਸੋਵਤ ਹੈ ਉਹ ਖੋਵਤ ਹੈ, ਜੋ ਸੋਵਤ ਹੈ ਉਹ ਖੋਵਤ ਹੈ, ਉਹ ਖੋਵਤ ਹੈ। ਠੀਕ ਹੈ, ਅੱਜ ਦੇ ਯੁੱਗ ਦੇ ਮੁਤਾਬਿਕ ਅਗਰ ਮੈਂ ਇਹਨੂੰ ਕਹਾਂ, ਜੋ ਸੋਵਤ ਹੈ ਉਹ ਖੋਵਤ ਹੈ, ਪਰ ਜੋ ਜਾਗਤ ਹੈ ਉਹ ਵੀ ਕੌਣ ਸਾ ਕੁਛ ਉਖਾੜ ਪਾਵਤ ਹੈ। ਸੁਖੀ ਤੂੰ ਵੀ ਨਾ ਕਲੋਲਾ ਕਰਨ ਵਾਲੀ ਹਾੜ ਦਾ ਬੋਲਦਾ ਨਹੀਂ ਕਰਦਾ ਯਾਰ, ਸੱਚ ਬੋਲਦਾ। ਮੇਰੇ ਸਾਰੇ ਦਰਸ਼ਕਾਂ ਨੂੰ ਪੁੱਛ ਲਓ, ਭਾਵੇਂ ਉਹ ਵੀ ਕਹਿੰਦੇ ਹੋਣੇ ਆ, ਦੱਸੋ ਇਹ ਸੱਚ ਕਹਿੰਦਾ ਕਿ ਝੂਠ ਕਹਿੰਦਾ ਹੈ। ਸੱਚ ਵੈਸੇ ਸੁਖੀ ਆਪਾਂ ਕਹਾਵਤਾਂ ਦੀ ਗੱਲ ਕੀਤੀ ਹੈ ਨਾ, ਬਹੁਤ ਸਾਰੀਆਂ ਕਹਾਵਤਾਂ ਸੁਣਾਈਆਂ ਵੀ ਤੂੰ, ਉਹਦੇ ਪੁੱਠੇ ਪੁੱਠੇ ਮਤਲਬ 'ਚ ਵੀ ਦੱਸੇ ਆ, ਹੈ ਨਾ। ਪਰ ਮੈਨੂੰ ਲੱਗਦਾ ਹੀ ਆ ਕਿ ਕਹਾਵਤਾਂ ਜਿਹੜੀਆਂ ਨੇ ਉਹ ਸਾਡੇ ਬਜ਼ੁਰਗਾਂ ਨੂੰ ਹੀ ਪਤਾ ਸੀ, ਹੈ ਨਾ, ਉਹਨਾਂ ਤੋਂ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ, ਜੋ ਹੁਣ ਵੀ ਜਿਹੜੀਆਂ ਅਸੀਂ ਕਹਾਵਤਾਂ ਸੁਣਦੇ ਹਾਂ ਪਿੰਡਾਂ ਵਿੱਚੋਂ ਜਾਂ ਜਿਹੜੇ ਹੈ ਨਾ ਸਾਡੇ ਵੱਡੇ ਬੈਠੇ ਉਹਨਾਂ ਤੋਂ ਅਸੀਂ ਸੁਣਦੇ ਹਾਂ। ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਦੇ ਜਿਹੜੇ ਮਾਡਰਨਸ ਮੁੰਡੇ ਕੁੜੀਆਂ ਹੈਗੀਆਂ, ਹੈ ਨਾ, ਉਹਨਾਂ ਨੂੰ ਇੰਨਾ ਕਹਾਵਤਾਂ ਬਾਰੇ ਪਤਾ ਹੋਊਗਾ। ਦੇਖ ਮੀ ਤਾਂ ਉਹਨਾਂ ਨੂੰ ਪਤਾ ਹੋਵੇ ਭਾਵੇਂ ਨਾ ਪਤਾ ਹੋਵੇ, ਪਰ ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹੀ ਸੀਗੀ ਕਿ ਉਹਨਾਂ ਦਾ ਮਤਲਬ ਤਾਂ ਅੱਜ ਦੇ ਯੁੱਗ ਨਾਲ ਰਿਲੇਟ ਹੁੰਦਾ ਹੈ ਪੁੱਠਾ ਸਿੱਧਾ, ਚਾਹੇ ਉਹ ਕਹਾਵਤ ਹੋਵੇ ਯਾਰ ਕੋਈ ਕੋਟ ਹੋਵੇ ਜਾਂ ਕੋਈ ਵੀ ਲਾਈਨ ਹੋਵੇ ਹੁੰਦਾ ਹੈ। ਨਹੀਂ ਤੈਨੂੰ ਕੀ ਲੱਗਦਾ ਆ ਕਿ ਜੇ ਮੈਂ ਕੋਈ ਕਹਾਵਤ ਬੋਲਾਂਗੀ ਜਾਂ ਜਿਹੜੀ ਕੋਈ ਵੀ ਕਹਾਵਤ ਹੈਗੀ ਹੈ ਤੇ ਤੂੰ ਉਹਦਾ ਪੁੱਠਾ ਮਤਲਬ ਕੱਢ ਲਵੇਂ? ਕਹਾਵਤ ਛੱਡ, ਤੂੰ ਅੱਜ ਦੀ ਕੋਈ ਲਾਈਨ ਵੀ ਬੋਲਦੇ ਕੋਈ, ਮੈਂ ਤੈਨੂੰ ਉਹਦਾ ਹੀ ਮਤਲਬ ਪੁੱਠਾ ਤੈਨੂੰ ਦੱਸ ਦੂੰਗਾ ਹੁੰਦਾ। ਪੱਕੀ ਗੱਲ ਹੈ? ਹਾਂ ਬਿਲਕੁਲ। ਦੇਖ ਇੱਕ ਕੋਟ ਹੈ, ਮੋਟੀਵੇਸ਼ਨਲ ਕੋਟ ਹੈ, ਠੀਕ ਹੈ। ਕਹਿੰਦੇ ਹੁੰਦੇ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਸੀਂ ਸੌਂਦੇ ਟਾਈਮ ਵੇਖਦੇ ਹੋ, ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ। ਹੁਣ ਇਹਦਾ ਤੂੰ ਕੀ ਮਤਲਬ ਕੱਢੇਗਾ? ਇਹਦਾ ਮਤਲਬ ਕੱਢਣਾ ਕੀ, ਇਹਦਾ ਮਤਲਬ ਹੈਗਾ ਹੀ ਅੱਜ ਦੇ ਮੁਤਾਬਿਕ ਸੈੱਟ ਸਹੀ ਹੈ, ਸੈੱਟ ਹੈ। ਤੂੰ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੁੱਤੇ ਹੋਏ ਆਉਂਦੇ ਆ ਆਉਂਦੇ ਨੇ, ਸੁਪਨੇ ਉਹ ਹੁੰਦੇ ਨੇ ਜਿਹੜੇ ਸੌਣ ਨਹੀਂ ਹੁੰਦੇ। ਹਾਂ ਹੁਣ ਇਹ ਪੂਰਾ ਮਤਲਬ ਸੁਣ। ਹਾਂ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੁੱਤੇ ਹੋ ਜਾਂਦੇ, ਸੁਪਨੇ ਉਹ ਹੁੰਦੇ ਨੇ ਜਿਹੜੇ ਕੁੜੀਆਂ ਸਾਨੂੰ ਦਿਖਾ ਦਿਖਾ ਕੇ ਸਾਡੇ ਕੋਲ ਪੈਸੇ ਖੋਲ ਲੈਂਦੀਆਂ ਨੇ। ਤੂੰ ਵੀ ਨਾ ਮਜ਼ਾਕ ਕਰਨ ਹੋਣਾ ਹਟੀ। ਮਜ਼ਾਕ ਨਹੀਂ ਕਰ ਰਿਹਾ, ਅਸਲੀ ਅੱਜ ਦਾ ਟਾਈਮ ਏਦਾਂ ਦਾ ਹੈਗਾ, ਲੋਕ ਕਿਸੇ ਨੇ ਸੁਪਨੇ ਸੁਪਨੇ ਇਹੋ ਜਿਹੇ ਪੁੱਠੇ ਸਿੱਧੇ ਦਿਖਾ ਦਿਖਾ ਕੇ ਪੈਸੇ ਖੋ ਲੈਂਦੇ ਨੇ, ਮੇਰੇ ਕੋਲ ਵੀ ਖੋਲੇ। ਸੁਖੀ ਵੈਸੇ ਤੂੰ ਬਹੁਤ ਸਾਰੀਆਂ ਮੈਂ ਤੈਨੂੰ ਕਹਾਵਤਾਂ ਦੱਸੀਆਂ ਤੇ ਤੂੰ ਬੜੇ ਹੁੰਦੇ ਹੈ ਨਾ ਉਲਟੇ ਉਲਟੇ ਕਰਕੇ ਉਹਦੇ ਮਤਲਬ ਦੱਸੇ, ਪੁੱਠੇ ਪੁੱਠੇ ਕਰਕੇ ਮਤਲਬ ਦੱਸੇ। ਗੱਲ ਤਾਂ ਮੈਂ ਹੁਣ ਤਾਂ ਮੰਨਾਂਗੀ ਕਿ ਮੈਂ ਤੈਨੂੰ ਕੋਈ ਗੱਲ ਕਹਾਂ ਤੇ ਤੂੰ ਉਹਦੀ ਕਹਾਵਤ ਬਣਾ ਕੇ ਦੱਸੇ, ਫਿਰ ਮੈਂ ਸਮਝਾਂਗੀ ਕਿ ਤੇਰਾ ਦਿਮਾਗ ਹੈ। ਮਤਲਬ ਹੁਣ ਤੂੰ ਕਹਾਵਤ ਨਹੀਂ ਸੁਣਾਏਂਗੀ ਕਿਉਂਕਿ ਮੈਂ ਪੁੱਠਾ ਮਤਲਬ ਕਰਦਾ, ਹੁਣ ਤੂੰ ਕਿਹੜੀ ਕਹਾਵਤ ਫਿੱਟ ਹੋਏਗੀ? ਕਈ ਕੁੜੀਆਂ ਮੁੰਡਿਆਂ ਨੂੰ ਕਹਿ ਦਿੰਦੀਆਂ ਆਈ ਲਵ ਯੂ, ਤੇ ਨਾਲ ਦੀ ਨਾਲ ਇਹ ਵੀ ਕਹਿ ਦਿੰਦੀ ਹੈ ਕਿ ਐਜ਼ ਅ ਫਰੈਂਡ, ਠੀਕ ਹੈ। ਸੋ ਇਹਦੇ ਉੱਤੇ ਹੁਣ ਤੂੰ ਕਿਹੜੀ ਕਹਾਵਤ ਫਿੱਟ ਕਰੇਗਾ? ਕਈ ਕੁੜੀਆਂ ਮਤਲਬ ਕਈ ਕੁੜੀਆਂ ਮੁੰਡਿਆਂ ਨੂੰ ਕਹਿੰਦੀਆਂ ਆਈ ਲਵ ਯੂ, ਮੁੰਡਿਆਂ ਨੂੰ ਕਹਿ ਦਿੰਦੀਆਂ ਨੇ ਤੇ ਨਾਲ ਦੇ ਨਾਲ ਇਹ ਵੀ ਕਹਿ ਦਿੰਦੀਆਂ ਕਿ ਐਜ਼ ਅ ਫਰੈਂਡ, ਐਜ਼ ਅ ਫਰੈਂਡ, ਐਜ਼ ਅ ਫਰੈਂਡ ਆਈ ਲਵ ਯੂ। ਚਲ ਠੀਕ ਹੈ, ਮੈਂ ਤਾਂ ਹੈਗਾ ਮੁੰਡਾ, ਮੁੰਡਾ ਪਤਾ ਹੀ ਇੱਥੇ ਕਿਆ ਫਿੱਟ ਹੋ ਸਕਦਾ ਕੀ ਇਹਦਾ ਮਤਲਬ ਹੈਗਾ, ਇਹਦੇ ਉੱਪਰ ਜੇਕਰ ਮੈਂ ਕਹਾਵਤ ਕੋਈ ਫਿੱਟ ਕਰਾਂ ਤਾਂ ਉਸ ਮੁੰਡੇ ਵਾਸਤੇ ਵਿਚਾਰੇ ਵਾਸਤੇ ਇਹੀ ਹੋਏਗੀ, ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟਦਾ। ਉਹ ਮੀਤ ਦੇਖ ਵੈਸੇ ਸੀਰੀਅਸ ਹੀ ਹੈ, ਸਿਸਟਮ ਇੱਦਾਂ ਦੇ ਜੇ ਸਿਸਟਮ ਇੰਨਾ ਜ਼ਿਆਦਾ ਚੇਂਜ ਹੋ ਚੁੱਕਿਆ ਕਿ ਅੱਜ ਕੱਲ੍ਹ ਵੈਸੇ ਕਿਸੇ ਚੀਜ਼ ਪਰ ਭਰੋਸਾ ਅਸੀਂ
ਕਰ ਨਹੀਂ ਸਕਦੇ ਕਰ ਨਹੀਂ ਸਕਦੇ ਬਿਲਕੁਲ ਸਹੀ ਬਿਲਕੁਲ ਕਹਿੰਦਾ ਵੀ ਅਸੀਂ ਧੁੱਪ ਸਮਝੀ ਉਹ ਛਾਂ ਨਿਕਲੀ ਅਸੀਂ ਧੁੱਪ ਸਮਝੀ ਉਹ ਛਾਂ ਨਿਕਲੀ ਅਸੀਂ ਮੱਝ ਸਮਝੀ ਉਹ ਗਾਂ ਨਿਕਲੀ ਅੱਛਾ ਧੁੱਪ ਸਮਝੀ ਉਹ ਛਾਂ ਨਿਕਲੀ ਅਸੀਂ ਮੱਝ ਸਮਝੀ ਉਹ ਗਾਂ ਨਿਕਲੀ ਬੇੜਾ ਗਰਕ ਹੋ ਜਾਵੇ ਨਾ ਬਿਊਟੀ ਪਾਰਲਰ ਵਾਲਿਆਂ ਦਾ ਅੱਛਾ ਅਸੀਂ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿਕਲੀ ਪਰ ਇਹ ਸੱਚਾਈ ਹੈ ਤੇ ਸੁੱਖੀ ਮੈਨੂੰ ਇੱਕ ਗੱਲ ਦੱਸ ਤੈਨੂੰ ਸਾਨੂੰ ਕੁੜੀਆਂ ਤੋਂ ਕੀ ਪ੍ਰੋਬਲਮ ਆ ਤੂੰ ਸਾਨੂੰ ਹਮੇਸ਼ਾ ਏਦਾਂ ਕਿਉਂ ਬੋਲਦਾ ਰਹਿੰਦਾ ਆ ਔਰ ਤੁਹਾਨੂੰ ਸਾਰੀਆਂ ਕੁੜੀਆਂ ਨੂੰ ਥੋੜੀ ਕਹਿੰਦਾ ਯਾਰ ਮੀਤ ਮੈਂ ਕੁਛ ਖਾਸ ਕੁੜੀਆਂ ਦੀ ਗੱਲ ਕਰ ਰਿਹਾ ਕੁਛ ਖਾਸ ਕੁੜੀਆਂ ਦੀ ਕਿਹੜੀਆਂ ਖਾਸ ਕੁੜੀਆਂ ਦੀ ਦੇਖ ਮੈਂ ਉਹਨਾਂ ਕੁੜੀਆਂ ਦੀ ਗੱਲ ਕਰਦਾ ਜਿਨ੍ਹਾਂ ਦੇ ਕਈ ਵਾਰ ਇੱਦਾਂ ਦੀ ਹੁੰਦੀ ਇਹਨਾਂ ਦੇ ਬੈਠਣ ਦੇ ਨਾਲ ਸੋਫਾ 6-6 ਇੰਚ ਥੱਲੇ ਧਸ ਜਾਂਦਾ ਹੈ ਪਰ ਉਹੋ ਜਿਹੀਆਂ ਕੁੜੀਆਂ ਵੀ ਆਪਣੇ ਵਟਸਐਪ ਪਰ ਸਟੇਟਸ ਪਾਉਂਦੀਆਂ ਨੇ ਮੈਨੂੰ ਪਲਕਾਂ 'ਤੇ ਬਿਠਾ ਲਿਆ ਸੱਜਣਾ ਮੈਂ ਉਹਨਾਂ ਦੀ ਗੱਲ ਕਰਦਾ ਵੈਸੇ ਇੱਕ ਗੱਲ ਆ ਸੁੱਖੀ ਚਲੋ ਅਗਲੇ ਦੀ ਪਰਸਨਲ ਲਾਈਫ ਆ ਆਪਾਂ ਕਿਸੇ ਦੀ ਪਰਸਨਲ ਲਾਈਫ ਦੇ ਵਿੱਚ ਕਿਉਂ ਘੁਸਣਾ ਆ ਹੈ ਨਾ ਅਤੇ ਵੈਸੇ ਮੈਨੂੰ ਨਹੀਂ ਲੱਗਦਾ ਕਿ ਤੇਰੀ ਕੋਈ ਗਰਲਫ੍ਰੈਂਡ ਹੋਏਗੀ ਅਤੇ ਜੇ ਹੋਏਗੀ ਵੀ ਤਾਂ ਉਹਨੇ ਪਤਾ ਤੈਨੂੰ ਕੀ ਕਹਿਣਾ ਆ ਕੀ ਕਹਿਣਾ ਆਪ ਤੋਂ ਤੁਸੀਂ ਅਤੇ ਤੁਸੀਂ ਤੋਂ ਤੂੰ ਹੋ ਗਏ ਬੋਲ ਹੋ ਨਾ ਕਰਾਤੀ ਨਾ ਬੋਲਤੀ ਬੰਦ ਫਿੱਟੇ ਮੂੰਹ ਵਾਲੀ ਉਹ ਗੱਲ ਕੀਤੀ ਤੂੰ ਕੋਈ ਚੱਜ ਦੀ ਗੱਲ ਕਰ ਲੈ ਹੈ ਮੈਂ ਚਾਹ ਦਾ ਕੱਪ ਪੀਣਾ ਮੇਰਾ ਮਾੜਾ ਜਿਹਾ ਮੂਡ ਜਿਹਾ ਸੈੱਟ ਹੋ ਗਿਆ ਇਹਦਾ ਮੂਡ ਸੈੱਟ ਕਰਾ ਕੇ ਆਉਂਦੇ ਨਾਲੇ ਚਾਹ ਪੀ ਕੇ ਆਉਂਦੇ ਹਾਂ ਤਦ ਤੱਕ ਤੁਸੀਂ ਵੀ ਥੋੜ੍ਹੀ ਥੋੜ੍ਹੀ ਚਾਹ ਪੀ ਲਓ ਸੁੱਕੀ ਆਪਾਂ ਕਹਾਵਤਾਂ ਦੀ ਗੱਲ ਕਰ ਰਹੇ ਹਾਂ ਅਤੇ ਤੈਨੂੰ ਪਤਾ ਹੀ ਆ ਕਹਾਵਤਾਂ ਜਿਹੜੀਆਂ ਆ ਉਹ ਸੱਚ ਹੁੰਦੀਆਂ ਨੇ ਐਵੇਂ ਨਹੀਂ ਕਹਾਵਤਾਂ ਬਣੀਆਂ ਕੋਈ ਨਾ ਕੋਈ ਮਤਲਬ ਹੁੰਦਾ ਆ ਇਹ ਕਹਾਵਤ ਤੂੰ ਸੁਣੀ ਹੋਣੀ ਹੈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਹਾਂ ਇਹ ਵੀ ਝੂਠ ਹੈ ਕਿਉਂ ਉਹਨੇ ਇਹਦੇ ਚ ਕੀ ਝੂਠ ਹੈ ਦੇਖੋ ਸਾਰਿਆਂ ਨੇ ਸੁਣੀ ਹੈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਜੇ ਕਹਾਵਤ ਸੱਚ ਹੈ ਮੈਨੂੰ ਗੱਲ ਸਮਝਾ ਪੰਡਿਤ ਜੀ ਦੇ ਤਾਂ 700-800 ਵਿਆਹ ਹੋਏ ਹੋਣੇ ਹੁਣ ਤੱਕ ਕਿਉਂਕਿ ਪੰਡਿਤ ਜੀ ਨੇ ਪਤਾ ਨਹੀਂ ਕਿੰਨੇ ਵਿਆਹ ਲੋਕਾਂ ਦੇ ਕਰਾਏ ਫਿਰ ਕਰ ਭਲਾ ਹੋ ਭਲਾ ਹੋਣਾ ਚਾਹੀਦਾ ਸੀ ਨਾ ਇੱਕ ਵਿਆਹ ਕਾਹਤੇ ਹੋਇਆ ਸਾਰੇ ਮਰਦ ਨਾ ਇੱਕੋ ਜਿਹੇ ਜੀ ਹੁੰਦੇ ਆ ਆਹ ਕਹਾਵਤ ਵੀ ਗਲਤ ਹੈ ਹੁਣ ਇਹਦੇ ਚ ਕੀ ਗਲਤ ਹੈ ਇਹ ਕਹਾਵਤ ਪੱਕਾ ਕਿਸੇ ਚੀਨੀ ਮਹਿਲਾ ਨੇ ਬਣਾਈ ਹੋਏਗੀ ਚੀਨੀ ਮਹਿਲਾ ਹਾਂ ਇਹ ਉਦੋਂ ਬਣਾਈ ਗਈ ਹੋਏਗੀ ਇੱਕ ਚੀਨੀ ਮਹਿਲਾ ਦਾ ਕੋਈ ਹਸਬੈਂਡ ਗੁੰਮ ਗਿਆ ਹੋਣਾ ਭੀੜ ਦੇ ਵਿੱਚ ਫਿਰ ਉਹਨੂੰ ਲੱਭਣ ਲੱਗੀ ਹੋਣੀ ਆ ਜੋ ਲੱਭਣ ਲੱਗੀ ਹੋਣੀ ਉਹ ਸਾਰੇ ਫਿੰਨੇ ਫਿੰਨੇ ਜੀ ਇੱਕੋ ਜਿਹੇ ਦਿਖਦੇ ਹੋਣੇ ਫਿਰ ਉਹ ਸਮੇਂ ਕਹਾਵਤ ਬਣਾਈ ਸਾਰੇ ਮਰਦ ਇੱਕੋ ਜਿਹੇ ਵੈਸੇ ਇੱਕ ਗੱਲ ਕਹਾਂ ਤੇਰੇ ਤੇ ਨਾ ਇੱਕੋ ਹੀ ਕਹਾਵਤ ਫਿੱਟ ਪੈਂਦੀ ਹੈ ਮੇਰੇ ਤੇ ਇੱਕੋ ਕਹਾਵਤ ਫਿੱਟ ਬੈਠਦੀ ਹੈ ਕਿਹੜੀ ਕਹਾਵਤ ਫਿੱਟ ਕਹਿੰਦੇ ਹੁੰਦੇ ਆ ਨਾ ਕਿ 7 ਪੀੜੀਆਂ ਬਹਿ ਕੇ ਖਾਣਗੀਆਂ ਹਾਂ ਬਿਲਕੁਲ ਤੇ ਮੈਨੂੰ ਲੱਗਦਾ ਤੂੰ 7ਵੀਂ ਪੀੜੀ ਹੋਈ ਆ ਮਤਲਬ ਆਖਰੀ ਤੂੰ ਹੀ 7ਵੀਂ ਪੀੜੀ ਦੇ ਜਿਹੜਾ ਬਹਿ ਕੇ ਖਾਏਗਾ ਬਸ ਜੇ ਲੈ ਬੱਦੋ ਮੇਰੀ ਦੇਣੀ ਆ ਕਹਾਵਤਾਂ ਕਹਾਵਤਾਂ ਉਈ ਹੋਈਆਂ ਝੂਠੀਆਂ ਨੇ ਕੋਈ ਸਿਰ ਪੈਰ ਮੂੰਹ ਨਹੀਂ ਹੁੰਦਾ ਕਹਾਵਤਾਂ ਕਹਾਵਤਾਂ ਜਬੜੀਆਂ ਨੇ ਬਸ ਇਹ ਓਹੋ ਕਿਤੇ ਨਹੀਂ ਝੂਠ ਹੁੰਦੀਆਂ ਤੈਨੂੰ ਕੀ ਝੂਠ ਲੱਗਦੀਆਂ ਨੇ ਦੇਖ ਮੈਂ ਤੈਨੂੰ ਹੁਣੀ ਸਮਝਾਉਂਦਾ ਪ੍ਰੂਫ 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 ਦਿੰਦਾ ਅੱਛਾ ਇੱਕ ਕਹਾਵਤ ਹੈ ਜਿੰਨੀ ਚਾਦਰ ਉਹਨੇ ਪੈਰ ਪਸਾਰੋ ਆਹੋ ਹੈਗੀ ਨਾ ਸੱਚ ਹੈ ਮੈਨੂੰ ਇੱਕ ਗੱਲ ਸਮਝਾ ਬੰਦਾ ਕੋਈ ਪੁੱਛਣ ਵਾਲਾ ਹੋਵੇ ਹੁਣ ਮੇਰੇ ਕੋਲ 10 ਚਾਦਰਾਂ ਹੈ ਹੁਣ ਮੈਂ ਇੰਨੇ ਪੈਰ ਕਿੱਥੋਂ ਲੈ ਕੇ ਆਵਾਂ ਜਿੰਨੀ ਚਾਦਰ ਉਹਨੇ ਪੈਰ ਪਸਾਰੋ ਸੁੱਖੀ ਤੂੰ ਵੀ ਨਾ ਪਤਾ ਨਹੀਂ ਕੀ ਗੱਲਾਂ ਕਰਦਾ ਆ ਤੈਨੂੰ ਪਤਾ ਹੈ ਕਿ ਕਹਾਵਤਾਂ ਸਿਰਫ ਇੱਕ ਗੱਲ ਕਹਿਣ ਦਾ ਗੱਲ ਸਮਝਾਉਣ ਦਾ ਇੱਕ ਤਰੀਕਾ ਹੁੰਦੀਆਂ ਨੇ ਉਹ ਯਾਰ ਸਮਝਾਉਣ ਦਾ ਤਰੀਕਾ ਮੰਨ ਗਿਆ ਪਰ ਗੱਲ ਮਾੜੀ ਮੋਟੀ ਮੈਚ ਵੀ ਤਾਂ ਹੁੰਦੀ ਹੋਵੇ ਹੁਣ ਆਹ ਕਹਾਵਤ ਮੈਨੂੰ ਸਮਝਾ ਕੇ ਮੈਨੂੰ ਸਮਝਾ ਤੂੰ ਪਹਿਲਾਂ ਇਸ ਕਹਾਣੀ ਨੂੰ ਸਮਝਾ ਮੈਨੂੰ ਅੱਛਾ ਚੋਰ ਦੀ ਦਾੜੀ 'ਚ ਤਿਨਕਾ ਹਾਂ ਸੁਣੀ ਹੈ ਨਾ ਕਹਾਵਤ ਸਾਰਿਆਂ ਨੇ ਸੁਣੀ ਹੈ ਹਾਂ ਇਹਦਾ ਮਤਲਬ ਇਹ ਹੈ ਚੋਰ ਦੀ ਦਾੜੀ 'ਚ ਤਿਨਕਾ ਮਤਲਬ ਚੋਰ ਦੇ ਦਾੜੀ ਹੁੰਦੀ ਹੈ ਪਰ ਮੈਂ ਤਾਂ ਕਈ ਇੱਦਾਂ ਚੋਰ ਦੇਖੀ ਜਿਹਨੇ ਦਾੜੀ ਵੀ ਨਹੀਂ ਹੁੰਦੀ ਹੈਗੀ ਸਮਝਾਓ ਮੈਨੂੰ
ਉਸਕੀ ਇੱਕ ਕਹਾਵਤ ਮੈਂ ਤੈਨੂੰ ਸੁਣਾਵਾਂ, ਆਖਰੀ ਕਹਾਵਤ, ਲਾਸਟ ਕਹਾਵਤ ਸੁਣਾਓ, ਸੁਣੇਗਾ? ਹਾਂ ਬਿਲਕੁਲ ਸੁਣਾਗਾ, ਕਿਉਂ ਨਹੀਂ ਸੁਣਾਗਾ। ਕਹਿੰਦੇ ਹੁੰਦੇ ਆ ਕਿ ਮੂਰਖ ਦੇ ਨਾਲ ਬਹਿਸ ਨਾ ਕਰੋ। ਹਾਂ ਸੁਣੀ, ਤੇ ਤੂੰ ਤਿੱਤਰ ਹੋ ਜਾ, ਤੂੰ ਮੈਂ ਨਹੀਂ ਬੋਲਦੀ ਤੇਰੇ ਨਾਲ। ਮੇਰੇ ਤੇ ਸੀ, ਮੈਂ ਨਹੀਂ ਬੋਲਣਾ ਹੁਣ ਤੇਰੇ ਨਾਲ। ਉਹ ਚੱਲ ਠੀਕ ਹੈ, ਨਾ ਬੋਲੀ, ਪਰ ਸਾਡੇ ਦਰਸ਼ਕਾਂ ਨਾਲ ਤਾਂ ਬੋਲ ਲੈ, ਹੋਣਾ ਤਾਂ ਨਹੀਂ ਨਾਰਾਜ਼ ਹੋ, ਨਾ ਬੁਲਾ ਮੈਨੂੰ, ਕੋਈ ਚੱਕਰ ਨਹੀਂ। ਦੇਖੋ ਬਾਈ, ਕਹਾਵਤਾਂ ਮੈਨੂੰ ਲੱਗਦਾ ਕਿ ਮੈਂ ਜਿੰਨਾ ਕੁ ਬੋਲਿਆ, ਇਹ ਜਿੰਨਾ ਕੁ ਬੋਲੀ, ਹੁਣ ਤੁਸੀਂ ਫੈਸਲਾ ਕਰਨਾ ਹੈ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ। ਸੋ ਇਹ ਕਹਾਵਤਾਂ ਜਿਹੜੀਆਂ ਹੀ ਆ ਉਹ ਜਿਹੜੇ ਸਾਨੂੰ ਪੁਰਾਣੇ ਬਜ਼ੁਰਗ ਜਿਹੜੇ ਸਾਨੂੰ ਸੁਣਾਉਂਦੇ ਆਏ ਆ, ਹਨਾ, ਉਹ ਕਿੰਨੀਆਂ ਕੁ ਸੱਚ ਆ ਕਿੰਨੀਆਂ ਕੁ ਝੂਠ ਹੈ। ਤੇ ਜੇ ਅੱਜ ਕੱਲ੍ਹ ਦੇ ਅਸੀਂ ਮਾਡਰਨ ਜ਼ਮਾਨੇ ਦੀ ਗੱਲ ਕਰੀਏ, ਜਿਹੜੇ ਮੁੰਡੇ ਕੁੜੀਆਂ ਅੱਜ ਕੱਲ੍ਹ ਦੇ, ਹਨਾ, ਜਿਹੜੇ ਨਹੀਂ ਮੰਨਦੇ, ਜਿੱਦਾਂ ਸੁੱਖੀ ਨੇ ਕਿਹਾ ਕਿ ਹਰ ਇੱਕ ਕਹਾਵਤ ਦਾ ਉਲਟ ਮਤਲਬ ਕਰਦੇ, ਸੋ ਤੁਹਾਡੇ ਇਸ ਬਾਰੇ ਕੀ ਕਹਿਣਾ ਸੀ ਜ਼ਰੂਰ ਚਾਹਾਂਗੇ ਕਿ ਤੁਸੀਂ ਜਿਹੜੀ ਆਪਣੀ ਰਾਏ ਆ ਉਹ ਜ਼ਰੂਰ ਦਿਓ। ਉਹ ਤੁਸੀਂ ਕਿੱਥੇ ਦੇਣੀ ਹੈ ਤੁਹਾਨੂੰ ਪਤਾ ਆ, info@justbroadcasting.com ਦੇ ਜ਼ਰੀਏ ਤੁਸੀਂ ਸਾਨੂੰ ਦੱਸ ਸਕਦੇ ਹੋ। ਅਤੇ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਕਿਵੇਂ ਦਾ ਲੱਗਦਾ। ਅਤੇ ਹੁਣ ਸਾਨੂੰ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।